ਮਾਰ ਦੇ ਮੈਂ ਮਾਰ ਬੇਚਾਰਾ ਕੰਮ ਕਰਕੇ ਆ ਰਿਹਾ ਭਾਈ ਦਾਤ ਉੱਥੇ ਡਿੱਗਿਆ ਪਿਆ ਆ ਜਿੱਥੇ ਮੈਂ ਗੱਡੀ ਮਾਰੀ ਇੱਧਰ ਦਾਤ ਮਾਰਿਆ ਆਪ ਜਾਓ ਭਾਈ ਆਪਣੀ ਜਾਂਚ ਕਰਾਓ ਡਾਕਟਰ ਸੇ ਭਾਜੀ ਕੀ ਨਾਮ ਹੈ ਆਪਣਾ ਕੀ ਗੱਲ ਕੀ ਸਾਰੀ ਭਾਜੀ ਗੱਲ ਦੱਸੋਗੇ ਅੱਛਾ ਇਕਦਮ ਮੈਂ ਦੇਖਿਆ ਆ ਤੇ ਇਹ ਬੇਚਾਰਾ ਖੂਨੋ ਖੂਨ ਆਉਂਦਾ ਪਿਆ ਆ ਇਕਦਮ ਹੀ ਖੂਨੋ ਖੂਨ ਆਉਂਦਾ ਮੈਂ ਨਾਲ ਹੀ ਨੂੰ ਕਿਹਾ ਉਹ ਭੱਜ ਗਏ ਮੈਂ ਕਿਹਾ ਤੂੰ ਬਹਿ ਗੱਡੀ ਚ ਮੈਂ ਤੂੰ ਬਹਿ ਫਟਾ ਇਹੀ ਗੱਲ ਹੋਈ ਮੈਂ ਇਹਨੂੰ ਬਿਠਾਇਆ ਗੱਡੀ ਚ ਮੈਂ ਕਿਹਾ ਯਾਰ ਕਿੱਥੇ ਦਾ ਮੈਂ ਉਹਦੇ ਮਗਰ ਮਗਰ ਗੱਡੀ ਚਲਾਈ ਉਹਨੇ ਉਧਰੋਂ ਦੀ ਘੁਮਾ ਕੇ ਫਿਰ ਮੋਟਰਸਾਈਕਲ ਲੈ ਕੇ ਰੋਂਗ ਸਾਈਡ ਪਾ ਲਿਆ ਕਿ ਗੱਡੀ ਸ਼ਾਇਦ ਉਹਨੂੰ ਲੱਗਾ ਮਗਰ ਨਹੀਂ ਆ ਸਕੀ ਮੈਂ ਆ ਕੇ ਗੱਡੀ ਉਹਦੇ ਫਿਰ ਵਿੱਚ ਮਾਰੀ ਭਾਈ ਕੀ ਗੱਲਬਾਤ ਕੀ ਹੋਈ ਸੀ ਭਾਜੀ ਇਹੀ ਹੋਇਆ ਸੀਗਾ ਭਰਾ ਆਪਣਾ ਛੋਟਾ ਹੈ ਵੱਡਾ ਹੈ ਮੈਨੂੰ ਨੀ ਪਤਾ ਠੀਕ ਹੈ ਨਾ ਇੱਥੇ ਚਾਰ ਬੰਦਿਆਂ ਨੇ ਇਹਦੀ ਦੋ ਨੇ ਲੱਤਾਂ ਫੜੀਆਂ ਦੋ ਨੇ ਬਾਹਾਂ ਫੜੀਆਂ ਠੀਕ ਹੈ ਜੀ ਦੋ ਨੇ ਲੱਤਾਂ ਫੜੀਆਂ ਦੋ ਨੇ ਬਾਹਾਂ ਫੜੀਆਂ ਮੈਂ ਦੁਕਾਨ ਤੋਂ ਨਿਕਲਿਆ ਮੈਂ ਡਰਿੰਕ ਕਰਕੇ ਨਿਕਲਿਆ ਸੀ ਠੀਕ ਹੈ ਜੀ ਮੈਂ ਦੇਖਿਆ ਆ ਕਿ ਹੈ ਨਾ ਕੋਈ ਨਾ ਮੈਂ ਕਿਹਾ ਯਾਰ ਦੋ ਤਾਂ ਮਜ਼ਾਕ ਚੱਲਦਾ ਪੈਸੇ ਮੈਂ ਦੋ ਮਿੰਟ ਖੁੱਲ ਗਿਆ ਅੱਛਾ ਜੀ ਮੈਂ ਦੇਖਿਆ ਮੈਂ ਉੱਠਿਆ ਮੈਂ ਉੱਠਿਆ ਨੀ ਮੈਂ ਇਹਨੇ ਦੇਖਿਆ ਆ ਇਕਦਮ ਹੁਣ ਮੈਂ ਰੁਕਿਆ ਇਕਦਮ ਛੱਡ ਕੇ ਭੱਜ ਗਏ ਕਿੰਨੇ ਜਾਣੇ ਸੀ ਭਾਜੀ ਚਾਰ ਜਾਣੇ ਸੀ ਚਾਰ ਜਣੇ ਨੇ ਚਾਰਾਂ ਨੇ ਇਹਦੀ ਦੋਨੋਂ ਬਾਹਾਂ ਦੋਨੋਂ ਲੱਤਾਂ ਫੜੀਆਂ ਹੋਈਆਂ ਅੱਛਾ ਜੀ ਤੇ ਭਾਜੀ ਬਾਕੀ ਮੌਕੇ ਤੇ ਹੈਗੇ ਆ ਕਿ ਨੱਠ ਗਏ ਗੱਡੀ ਇੱਕ ਬੰਦਾ ਇੱਥੇ ਕੀ ਕਰਨ ਆਏ ਸੀ ਇੱਧਰ ਕੀ ਕਰਨ ਆਏ ਸੀ ਭਾਜੀ ਇੱਧਰ ਭਾਈ ਮੈਨੂੰ ਨਾਲ ਦੇ ਮੇਰੇ ਭਰਾ ਦੋਸਤ ਹੀ ਲੈ ਕੇ ਆ ਗਏ ਇੱਧਰ ਮੈਨੂੰ ਨੀ ਪਤਾ ਭਾਜੀ ਉਹਨਾਂ ਨੇ ਆਹ ਕੰਮ ਕਰਨਾ ਵਾ ਉਹਨਾਂ ਨੇ ਆ ਭਾਈ ਦੇ ਦਾਤ ਮਾਰੇ ਤੇ ਉਹਨਾਂ ਕੋਲ ਦੋ ਫੋਨ ਖੋਲੇ ਨਾਲ ਦੇ ਕੌਣ ਸੀ ਤੁਹਾਡੇ ਉਹ ਨਾਲ ਦੇ ਪਿੰਡ ਦੇ ਗਏ ਬੂਟਾ ਮੰਡੀ ਦੇ ਉਹ ਕਿੱਥੇ ਗਏ ਹੁਣ ਉਹ ਭਾਈ ਇੱਧਰ ਨੂੰ ਨੱਠ ਗਏ ਭਾਜੀ ਉਹਨਾਂ ਦਾ ਨਾਮ ਕੀ ਹੈ ਇੱਕ ਦਾ ਨਾਮ ਰਾਹੁਲ ਅੱਗੇ ਵੀ ਡੇਲੀ ਚੋਰੀਆਂ ਕਰਦੇ ਹੋ ਪਤਾ ਨੀ ਭਾਈ ਉਹਨਾਂ ਦਾ ਅੱਗੇ ਤੁਸੀਂ ਉਹਨਾਂ ਦੇ ਨਾਲ ਹੁੰਦੇ ਹੋ ਡੇਲੀ ਪਹਿਲੀ ਵਾਰ ਆਇਆ ਭਾਈ ਪਹਿਲੀ ਵਾਰ ਆਏ ਹੋ ਤੇ ਪਹਿਲੀ ਵਾਰ ਹੀ ਫੜੇ ਗਏ ਨਸ਼ੇ ਵੀ ਕਰਦੇ ਹੋ ਮੈਂ ਭਾਈ ਕੱਲੀ ਭੰਗ ਪੀਂਦਾ ਭਾਈ ਕੱਲੀ ਭੰਗ ਪੀਂਦਾ ਭਾਈ ਕੀ ਨਾਂ ਕੀ ਹੈ ਤੇਰਾ ਜੇਮਸ ਭਾਈ ਕਿੱਥੇ ਦਾ ਰਹਿਣ ਵਾਲਾ ਬੂਟਾ ਮੰਡੀ ਦਾ ਭਾਈ